ए सदर बुडला डे परचा दर्ज हुए FIR नंबर 67 है अंडर सेक्शन 15C 25 काट 85 जिदे विच टोटल 145 बोरियां रिकवर हुई ने 2900 किलो कुकी ए रिकवर हुई है। ये जिहड़ा ऑपरेशन सीगा अंडर द सुपरविजन ऑफ SPD मानसा बालकिशन सिंगला ते DSP बुडलाडा इन्हां दी सुपरविजन च सीगा ते नाल इंचार्ज CIA दी टीम सी। सो इन्हां ने रिकवर किया जिहड़े तीन दोषी फड़े गए ने वो तीनों इंदौर के रहने वाले ने। इन्हां दे नाम ने नागेश विनोद ते दारा सिंह उम्र 25 तो 30 साल दे विच है। इन्हां दा पिछला क्राइम रिकॉर्ड असीं एग्जामिन कर रहे हैं पर जिहड़ी मुढ़ली पुछगिछ च पता लगे कि अगे भी इन्हां ने डिलीवरीज कीतियां ने अलग अलग जगह ते तो वह भी पुछगिछ च क्लीयर करांगे कि कित्थे कित्थे इन्हां ने समान डिलीवर किया है किहड़े किहड़े बंदे नूं भेजिआ ते उन्हां नाल भी असीं इहनूं तफ्तीश च लै के आवांगे ते पुछगिछ करांगे। सर कित्थों लै के आए सी ते कित्थे ले जाणे सी? ਇਹ ਇੰਦੌਰ ਤੋਂ ਲੈ ਕੇ ਆਏ ਸੀ, ਹਜੇ ਡੈਸਟੀਨੇਸ਼ਨ ਕਲੀਅਰ ਨਹੀਂ ਹੋਈ। ਕੈਂਟਰ ਵੀ ਜਿਹੜਾ ਇਹ ਯੂਜ਼ ਕਰ ਰਹੇ ਸੀਗੇ ਟਰਾਂਸਪੋਰਟ ਕਰਨ ਲਈ ਉਹ ਵੀ ਫੜਿਆ ਗਿਆ, ਉਹ ਵੀ MP ਨੰਬਰ ਦਾ ਹੀ ਸੀਗਾ। ਇਹ ਰਹਿਣ ਵਾਲੇ ਵੀ ਤਿੰਨੋਂ ਇੰਦੌਰ ਦੇ ਨੇ, ਸੋ ਉੱਥੋਂ ਹੀ ਲੈ ਕੇ ਆਏ ਸੀ। ਇਹ ਡੈਸਟੀਨੇਸ਼ਨ ਹਜੇ ਕਲੀਅਰ ਕਰਨੀ ਬਾਕੀ ਹੈ ਕਿ ਕਿੱਥੇ ਸਮਾਨ ਜਾਣਾ ਸੀ। ਇਕੱਲੀ ਭੁੱਕੀ ਬਰਾਮਦ ਹੋਈ ਹੈ ਕਿ ਹੋਰ ਵੀ? ਨਹੀਂ, ਭੁੱਕੀ ਬਰਾਮਦ ਹੋਈ ਹੈ, 29 ਕੁਇੰਟਲ ਔਰ 2900 ਕਿਲੋ ਰਿਕਵਰ ਹੋਈ ਹੈ। ਸੋ ਇਸ ਰਿਕਵਰੀ ਦੇ ਜਿਹੜਾ DG ਸਾਹਿਬ ਦੀ ਡਾਇਰੈਕਸ਼ਨਸ ਨੇ, CM ਸਾਹਿਬ ਦੀਆਂ ਡਾਇਰੈਕਸ਼ਨਸ ਨੇ, ADGP ਬਠਿੰਡਾ ਰੇਂਜ ਦੀ ਗਾਈਡੈਂਸ ਦੇ ਅੰਡਰ, ਉਹਨਾਂ ਦੀ ਸੁਪਰਵਿਜ਼ਨ ਦੇ ਅੰਡਰ ਇਹ ਸਾਰੀ ਰਿਕਵਰੀ ਕੀਤੀ ਗਈ ਹੈ ਤੇ ਅੱਗੇ ਵੀ ਇਸ ਤਰ੍ਹਾਂ ਹੀ ਮਾਨਸਾ ਪੁਲਿਸ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜੰਗ ਹੈ ਉਹ ਜਾਰੀ ਰਹੂ। ਸਰ ਇਹ ਪੰਜਾਬ ਦੇ ਬਾਰਡਰ ਤੋਂ ਫੜੇ ਗਏ ਨੇ ਜਾਂ ਇਧਰ ਜ਼ਿਲ੍ਹੇ ਵਿੱਚ? ਇਹ ਸਦਰ ਬੁਢਲਾਡਾ ਦੇ ਏਰੀਆ 'ਚ ਫੜੇ ਗਏ ਨੇ। ਬੁਢਲਾਡਾ ਸੁਨਾਮ ਰੋਡ 'ਤੇ ਪਿੰਡ ਪੈਂਦਾ, ਉਹ ਦੋਦੜਾ ਪਿੰਡ, ਉੱਥੋਂ ਇਹ ਰਿਕਵਰੀ ਹੋਈ ਹੈ। ਧੰਨਵਾਦ। ਸਰ ਇਹ ਅੱਜ ਤੱਕ ਦੀ ਕਦੀ ਸਰ ਬਹੁਤ ਵੱਡੀ ਰਿਕਵਰੀ ਹੈ ਮਾਨਸਾ ਜ਼ਿਲ੍ਹੇ 'ਚ, ਕਦੋਂ ਰਿਕਵਰੀ ਹੋਈ ਸੀ? ਇਹ ਪਿਛਲੇ 2 ਸਾਲ 'ਚ ਸਭ ਤੋਂ ਵੱਡੀ ਰਿਕਵਰੀ ਹੈ 29 ਕੁਇੰਟਲ ਦੀ। ਤੇ ਬਾਕੀ ਜਿਵੇਂ ਮੈਂ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਇਨਵੈਸਟੀਗੇਸ਼ਨ 'ਚ ਚੀਜ਼ਾਂ ਆਉਣਗੀਆਂ ਕਿ ਕਿੱਥੇ ਇਹਨਾਂ ਨੇ ਪਹਿਲਾਂ ਡਿਲੀਵਰੀਜ਼ ਕੀਤੀਆਂ ਨੇ। ਸੋ ਹੋਰ ਵੀ ਰਿਕਵਰੀ ਵਧਣ ਦੇ ਚਾਂਸ।